ਹਾਂਜੀ ਦੋਸਤੋ, ਕਲਾਇੰਟ ਆਪਣੇ ਕੋਲ ਆਏ ਨੇ ਸਪੈਸ਼ਲੀ ਕੈਨੇਡਾ ਤੋਂ, ਤੇ ਤੁਸੀਂ ਦੇਖੋਗੇ ਟੋਟਲੀ ਏਅਰਫੋਲ ਬਹੁਤ ਜ਼ਿਆਦਾ ਹੋਇਆ ਪਿਆ, ਅਤੇ ਸਟਾਈਲ ਇਹਨਾਂ ਦਾ ਆਪਾਂ ਬਹੁਤ ਹੀ ਜ਼ਿਆਦਾ ਵਧੀਆ ਕਰਨਾ। ਬਾਕੀ ਇਹਨਾਂ ਤੋਂ ਵੀ ਰਿਵਿਊ ਲਵਾਂਗੇ ਕਿ ਇਹਨਾਂ ਨੂੰ ਕਿਵੇਂ ਲੱਗਿਆ, ਅਤੇ ਅਗਰ ਤੁਹਾਡੀ ਵੀ ਕੰਡੀਸ਼ਨ ਸੇਮ ਹੈ ਤਾਂ ਤੁਸੀਂ ਵੀ ਇੱਕ ਵਧੀਆ ਹੇਅਰ ਸਟਾਈਲ ਲੈ ਸਕਦੇ ਹੋ। ਅਕੋਰਡਿੰਗ ਟੂ ਕੰਡੀਸ਼ਨ ਹੋਊਗਾ ਡਿਸੀਜਨ, ਬਾਕੀ ਦੇਖੋ ਸਟਾਈਲ ਕਿਵੇਂ ਬਣਦਾ। ਅਗਰ ਤੁਸੀਂ ਇੰਡੀਆ ਤੋਂ ਬਾਹਰ ਰਹਿ ਰਹੇ ਹੋ ਤਾਂ ਤੁਸੀਂ ਕੋਰੀਅਰ ਵਗੈਰਾ ਕਰਾ ਸਕਦੇ ਹੋ, ਕਿਸੇ ਵੀ ਕੰਟਰੀ 'ਚ ਸ਼ਿਪਿੰਗ ਆਪਣੀ ਲੈ ਸਕਦੇ ਹੋ। ਐਂਡ ਜਦ ਵੀ ਤੁਹਾਡੇ ਕੋਲ ਕੋਰੀਅਰ ਵਗੈਰਾ ਪਹੁੰਚੇ ਤਾਂ ਸ਼ੈਂਪੂ ਕੰਡੀਸ਼ਨਰ ਕਰੇ ਬਿਨਾਂ ਨਾ ਲਾਓ। ਇੱਕ ਅੱਛੀ ਸਟਾਈਲਿੰਗ ਦੇ ਲਈ ਪਹਿਲਾਂ ਸ਼ੈਂਪੂ ਐਂਡ ਕੰਡੀਸ਼ਨਰ ਬਹੁਤ ਜ਼ਿਆਦਾ ਜ਼ਰੂਰੀ ਹੈ। ਹੇਅਰ ਪੈਸ ਦੇ ਲਈ ਸ਼ੈਂਪੂ ਕੰਡੀਸ਼ਨਰ ਸਿਰਮ ਬਹੁਤ ਜ਼ਿਆਦਾ ਜ਼ਰੂਰੀ ਹੈ। ਬਾਕੀ ਅਗਰ ਤੁਹਾਡੀ ਵੀ ਸੇਮ ਕੰਡੀਸ਼ਨ ਹੈ ਤਾਂ ਤੁਸੀਂ ਇੱਕ ਵਧੀਆ ਹੇਅਰ ਸਟਾਈਲ ਲੈ ਸਕਦੇ ਹੋ। ਅਗਰ ਤੁਸੀਂ ਹੇਅਰ ਪੈਸ ਚਲਾਉਣਾ ਸ਼ੁਰੂ ਕਰ ਚੁੱਕੇ ਹੋ ਤਾਂ ਲਗਾਤਾਰ ਉਹਨੂੰ 7 ਡੇਜ਼ ਕੈਰੀ ਕਰੋ, ਅਤੇ ਉਹ ਤੋਂ ਬਾਅਦ ਤੁਸੀਂ ਵਧੀਆ ਰਿਜ਼ਲਟ ਦੇਖ ਸਕਦੇ ਹੋ। ਹੇਅਰ ਡ੍ਰਾਇਅਰ ਲਗਾਉਣੀ ਹੈ, ਬਰੱਸ਼ ਨੂੰ ਇੱਦਾਂ ਹੋਲਡ ਐਂਡ ਹੀਟ, ਹੋਲਡ ਐਂਡ ਹੀਟ, ਹੋਲਡ ਐਂਡ ਹੀਟ, ਹੋਲਡ ਐਂਡ ਹੀਟ, ਹੋਲਡ ਐਂਡ ਹੀਟ ਨਾਲ ਕੀ ਹੈ ਕਿ ਇਹੀ ਪ੍ਰੋਸੀਜਰ ਤੁਸੀਂ ਹਰ ਇੱਕ ਪਾਸੇ ਯੂਜ ਕਰਨਾ ਆਹ ਤਰੀਕੇ ਦੇ ਨਾਲ, ਤਾਂ ਤੁਸੀਂ ਸਟਾਈਲ ਨੂੰ ਇੱਕ ਵਧੀਆ ਇਮੇਜ ਦੇ ਪਾਓਗੇ। ਬਾਕੀ ਤੁਸੀਂ ਦੇਖੋਗੇ ਕਿ ਸਟਾਈਲ ਬਹੁਤ ਹੀ ਜ਼ਿਆਦਾ ਵਧੀਆ ਬਣਿਆ, ਅਤੇ ਸਰ ਨੇ ਜਿਹੜਾ ਸਟਾਈਲ ਡਿਜ਼ਾਇਰ ਰੱਖਿਆ ਸੀਗਾ ਡਿਟੋ ਹੀ ਹੋ ਚੁੱਕਿਆ। ਸਰ ਜਿਹੜਾ ਤੁਸੀਂ ਸਟਾਈਲ ਲਿਖਾਇਆ ਸੀਗਾ ਕੋਈ ਕਮੀ ਪੇਸ਼ੀ ਤਾਂ ਨਹੀਂ ਹੈਗੀ? ਨਹੀਂ ਸਰ, ਬਿਲਕੁਲ ਉਹੀ ਜਿੱਦਾਂ ਦਾ ਤੁਸੀਂ ਇਮੇਜਿਨ ਕੀਤਾ ਸੀ ਉਹੀ ਹੈ ਲੁੱਕ, ਬਿਲਕੁਲ। ਬਾਕੀ ਜਦ ਵੀ ਤੁਸੀਂ ਪਫਿੰਗ ਲੁੱਕ ਲੈ ਰਹੇ ਹੋ ਇਹਨੂੰ ਇੱਦਾਂ ਪਿੱਛੇ ਨੂੰ ਹੀ ਬਾਹੋ ਥੋੜ੍ਹਾ ਜਿਹਾ, ਇੱਦਾਂ ਡਾਇਰੈਕਟ ਨਾ ਖੜਾ ਕਰੋ ਪਫ ਨੂੰ, ਕਿਉਂਕਿ ਜਦ ਤੁਸੀਂ ਡਾਇਰੈਕਟ ਖੜਾ ਕਰੋਗੇ ਪਫ ਨੂੰ ਤਾਂ ਆਊਟਲਾਈਨ ਦਿਖੂਗੀ। ਜਦ ਤੁਸੀਂ ਇਹਨੂੰ ਇੱਦਾਂ ਥੋੜ੍ਹਾ ਜਿਹਾ ਬੈਕ ਕਰ ਲਓਗੇ ਇਹਦੇ ਨਾਲ ਕੀ ਹੈ ਕਿ ਤੁਹਾਡੀ ਆਊਟਲਾਈਨ ਬਹੁਤ ਹੀ ਵਧੀਆ ਤਰੀਕੇ ਨਾਲ ਕਵਰ ਹੋਊਗੀ, ਅਤੇ ਜਜਮੈਂਟ ਵੀ ਜ਼ੀਰੋ ਰਹੂਗੀ। ਹੇਅਰ ਪੈਸ ਦਾ ਰੂਲ ਹੈ ਕੋਈ ਵੀ ਆਊਟਲਾਈਨ ਤੁਹਾਡੀ ਕਵਰ ਰਹੇ, ਥੋੜ੍ਹਾ ਫਰੰਟ ਨੂੰ ਜੇ ਤੁਸੀਂ ਆਹ ਸਟਾਈਲ 'ਚ ਕਰ ਦੋਗੇ ਤਾਂ ਹੋਰ ਜ਼ਿਆਦਾ ਫਿਨਿਸ਼ਿੰਗ 'ਚ ਆ ਜਾਊਗੀ ਥੋੜ੍ਹਾ ਟੇਪਰ। ਬਾਕੀ ਹੋਰ ਇੱਦਾਂ ਦੀ ਇੰਟਰਸਟਿੰਗ ਵੀਡੀਓਜ਼ ਲਈ ਸਾਡੇ ਚੈਨਲ ਨੂੰ ਫੋਲੋ ਕਰ ਲਓ। ਅਗਰ ਤੁਸੀਂ ਯੂਟਿਊਬ ਤੋਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ, ਅਗਰ ਤੁਸੀਂ ਇੰਸਟਾਗ੍ਰਾਮ 'ਤੇ ਵੀਡੀਓ ਦੇਖ ਰਹੇ ਹੋ ਤਾਂ ਫੋਲੋ ਜ਼ਰੂਰ ਕਰ ਲਓ। ਬਾਕੀ ਵੀਡੀਓ ਕਿਵੇਂ ਲੱਗੀ ਕਮੈਂਟ ਸੈਕਸ਼ਨ ਜ਼ਰੂਰ ਦੱਸਿਓ।